ਉਹਨਾਂ ਨੇ ਹੁਣ ਕਾਂਗਰਸ ਨੂੰ ਘੇਰਨਾ ਸ਼ੁਰੂ ਕਰਤਾ ਹੈ ਅਤੇ ਇੱਕ ਵੱਡਾ ਅਤੇ ਅਹਿਮ ਨਿਸ਼ਾਨਾ ਉਹਨਾਂ ਨੇ ਸਾਧਿਆ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ। 15-20 ਬੰਦੇ ਭੇਜ ਕੇ ਕਾਫਲਾ ਰੁਕਵਾ ਦਿੱਤਾ ਗਿਆ ਅਤੇ ਜਿਹੜੇ ਮੌਕੇ ਭਾਜਪਾ ਨੇ ਦੇਣੇ ਸੀਗੇ, ਪੰਜਾਬ ਨੂੰ ਇੰਡਸਟਰੀ ਆਉਣੀ ਸੀ, ਕਈ ਉਦਘਾਟਨ ਹੋਣੇ ਸੀ, ਉਹ ਸਾਰੇ ਉਸੇ ਤਰ੍ਹਾਂ ਹੀ ਰਹਿ ਗਏ। ਮੋਦੀ ਸਾਹਿਬ ਦੇ ਕੋਲ ਉਹ ਚੌਪਰ ਹੈ ਜਿਹੜਾ ਹਰੇਕ ਮੌਸਮ 'ਚ ਉਡਾਨ ਭਰ ਸਕਦਾ ਹੈ। ਉਹਨਾਂ ਨੇ ਉਹ ਰਸਤਾ ਕਿਉਂ ਚੁਣਿਆ ਜੀ? ਸੜਕ ਦੇ ਰਾਹੀਂ ਕਾਰਨ ਇਹ ਸੀ ਕਿ ਉੱਥੇ ਕੋਈ ਹੈ ਨਹੀਂ ਸੀ। ਬਿੱਟੂ ਸਾਹਿਬ ਹੁਣ ਕਹਿੰਦੇ ਨੇ ਕਿ ਉਹਦਾ ਸਾਰਾ ਕੁਝ ਚੰਨੀ ਸਾਹਿਬ ਦੀ ਖੇਡ ਸੀ ਅਤੇ ਤੁਸੀਂ 2 ਸਾਲ ਚੁੱਪ ਕਿਉਂ ਰਹੇ? ਬਿੱਟੂ, ਰਵਨੀਤ ਬਿੱਟੂ, ਰਵਨੀਤ ਬਿੱਟੂ ਭਾਜਪਾ ਦਾ ਹਿੱਸਾ ਬਣ ਗਏ ਨੇ। ਭਾਜਪਾ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਹੈ, ਪਰ ਦੂਜੇ ਪਾਸੇ ਉਹਨਾਂ ਨੇ ਹੁਣ ਕਾਂਗਰਸ ਨੂੰ ਘੇਰਨਾ ਸ਼ੁਰੂ ਕਰਤਾ ਹੈ ਅਤੇ ਇੱਕ ਵੱਡਾ ਅਤੇ ਅਹਿਮ ਨਿਸ਼ਾਨਾ ਉਹਨਾਂ ਨੇ ਸਾਧਿਆ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ। ਹਾਲਾਂਕਿ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ, ਚੰਨੀ ਸਾਹਿਬ ਆਪਣੀ ਪਾਰਟੀ ਦੇ ਵਿੱਚ ਅਜੇ ਕਾਇਮ ਨੇ। ਕਹਿੰਦੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਆਏ ਸੀ, ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਕਈ ਉਦਘਾਟਨ ਕਰਨੇ ਸੀਗੇ। ਇੱਕ ਪਾਸੇ ਮੌਸਮ ਖਰਾਬ, ਦੂਜੇ ਪਾਸੇ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ, ਤਾਂ ਕਹਿੰਦੇ ਉਹਨਾਂ ਨੂੰ ਵਾਪਸ ਪਰਤਣਾ ਪੈ ਗਿਆ। ਅਤੇ ਜਾਂਦੇ ਹੋਏ ਅਟਲ ਸਾਹਿਬ, ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਵੀ ਮੈਂ ਬਚ ਕੇ ਨਿਕਲ ਗਿਆ। ਤਾਂ ਹੁਣ ਬਿੱਟੂ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਚਰਨਜੀਤ ਸਿੰਘ ਚੰਨੀ ਨੇ ਕਰਵਾਇਆ ਸੀ, ਉਸੇ ਦੀ ਸ਼ਰਾਰਤ ਸੀਗੀ। 15-20 ਬੰਦੇ ਭੇਜ ਕੇ ਕਾਫਲਾ ਰੁਕਵਾ ਦਿੱਤਾ ਗਿਆ ਅਤੇ ਜਿਹੜੇ ਮੌਕੇ ਭਾਜਪਾ ਨੇ ਦੇਣੇ ਸੀਗੇ ਪੰਜਾਬ ਨੂੰ, ਇੰਡਸਟਰੀ ਆਉਣੀ ਸੀ, ਕਈ ਉਦਘਾਟਨ ਹੋਣੇ ਸੀ, ਉਹ ਸਾਰੇ ਉਸੇ ਤਰ੍ਹਾਂ ਹੀ ਰਹਿ ਗਏ। ਜਦੋਂ ਕੋਈ ਬੰਦਾ ਨਵੇਂ ਥਾਂ 'ਤੇ ਜਾਵੇ ਨਾ, ਜਾਂ ਧਰਮ ਬਦਲ ਕੇ ਕਹਿੰਦੇ ਮੁਸਲਮਾਨ ਬਣੇ, ਉਹ ਨਵਾਜ਼ ਫਿਰ ਜ਼ਿਆਦਾ ਪੜਦਾ ਹੁੰਦਾ। ਚੂੜੀਆਂ ਵਾਲੀ ਗੱਲ ਵੀ ਹੈਗੀ, ਜ਼ਿਆਦਾ ਖੜਕਾਉਂਦੇ ਹੁੰਦੇ ਨੇ ਕਹਿੰਦੇ। ਹਾਂ, ਉਹ ਵੀ ਹੈਗੀ ਹੈ। ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਵੀ ਹੋ ਚੁੱਕੀ ਹੈ। ਆਇਆ ਸੀ ਸੁਪਰੀਮ ਕੋਰਟ ਦੀ ਰਿਟਾਇਰਡ ਜੱਜ, ਜਿਵੇਂ ਭੁੱਲਦਾ ਨਹੀਂ ਤਾਂ ਉਹਨਾਂ ਦਾ ਨਾਂ ਸੀਗਾ ਇੰਦੂ ਮਲਹੋਤਰਾ। ਉਹਨਾਂ ਦੀ ਅਗਵਾਈ ਵਿੱਚ ਪੜਤਾਲ ਹੋਈ ਸੀ, ਉਹਦੇ ਵਿੱਚ ਕਈਆਂ ਨੂੰ ਦੋਸ਼ੀ ਦੱਸਿਆ ਸੀ ਪੁਲਿਸ ਵਾਲਿਆਂ ਨੂੰ, ਕੁਤਾਹੀ ਨੌਕਰੀ ਦੇ ਵਿੱਚ, ਡਿਊਟੀ ਦੇ ਵਿੱਚ। ਸਾਰਿਆਂ ਨੂੰ ਇਹ ਪੱਕਾ ਪਤਾ ਲੱਗ ਗਿਆ ਸੀ ਜਿਸ ਵੇਲੇ ਉੱਥੇ ਉਹ ਵਿਖਾਵਾ ਹੋਇਆ ਹੈ। ਉਹ ਤਾਂ ਸਾਰਾ ਆਇਆ ਸੀ ਕਿ ਬਕੇਰੀਆਂ ਦੇ, ਉੱਥੋਂ ਤਾਂ ਭਾਜਪਾ ਦੇ ਵਰਕਰ ਸੀ। ਹੁਣ ਚੰਡੀਗੜ੍ਹ 'ਚ ਮੋਦੀ ਸਾਹਿਬ ਨੇ ਆਉਣਾ ਹੈ, ਜਿਹੜੀਆਂ ਉਲੰਘਣਾਵਾਂ ਹੋਈਆਂ ਸੀ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ। ਮੋਦੀ ਸਾਹਿਬ ਆਏ, ਮੋਦੀ ਸਾਹਿਬ ਦੇ ਕੋਲ ਉਹ ਚੌਪਰ ਹੈ ਜਿਹੜਾ ਹਰੇਕ ਮੌਸਮ 'ਚ ਉਡਾਨ ਭਰ ਸਕਦਾ ਹੈ। ਉਹਨਾਂ ਨੇ ਉਹ ਰਸਤਾ ਕਿਉਂ ਚੁਣਿਆ ਜੀ? ਸੜਕ ਦੇ ਰਾਹੀਂ ਕਾਰਨ ਇਹ ਸੀ ਕਿ ਉੱਥੇ ਕੋਈ ਹੈ ਨਹੀਂ ਸੀ, ਖਾਲੀ ਪਈਆਂ ਸੀ ਕੁਰਸੀਆਂ। ਜਿਹੜੇ ਤੁਹਾਡੇ ਤੋਂ ਪਹਿਲਾਂ ਉੱਥੇ ਭਾਜਪਾ ਦੇ ਵਿੱਚ ਗਏ ਆ, ਉਹ ਇਕੱਠ ਨਾ ਕਰ ਸਕੇ। ਹੁਣ ਤੁਸੀਂ ਕਰਕੇ ਦੇਖ ਲਿਓ। ਉਹ ਕਾਰਨ ਹੋਰ ਸੀ, ਪੜਤਾਲ ਹੋਈ, ਪੜਤਾਲ ਦੇ ਵਿੱਚ ਪੁਲਿਸ ਮਹਿਕਮੇ ਨੂੰ ਦੋਸ਼ੀ ਠਹਿਰਾਇਆ ਗਿਆ, ਅਤੇ ਇਹ ਵੀ ਆਇਆ ਸੀ ਕਿ ਉਹ ਬੰਦੇ ਕਿਸਾਨਾਂ ਨਾਲ ਨਹੀਂ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਸੀ। ਉਸ ਵੇਲੇ ਦੇ ਡੀ ਜੀ ਪੀ ਸੀਗੇ ਜਿਹੜੇ ਪੰਜਾਬ ਦੇ ਵਿੱਚ,
ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਹੈ। ਸੋ ਕਈ ਤਰ੍ਹਾਂ ਦੇ ਇਹਦੇ ਵਿੱਚ ਆ ਚੁੱਕੇ ਨੇ ਖੁਲਾਸੇ ਇਸ ਤੋਂ ਪਹਿਲਾਂ। ਔਰ ਬਿੱਟੂ ਸਾਹਿਬ ਹੁਣ ਕਹਿੰਦੇ ਨੇ ਕਿ ਉਹ ਤਾਂ ਸਾਰਾ ਕੁਝ ਚੰਨੀ ਸਾਹਿਬ ਦੀ ਖੇਡ ਸੀ ਅਤੇ ਤੁਸੀਂ 2 ਸਾਲ ਚੁੱਪ ਕਿਉਂ ਰਹੇ। ਇਹ ਮਾਮਲਾ ਤਾਂ 5 ਜਨਵਰੀ 2022 ਦਾ, ਤੁਸੀਂ 2 ਸਾਲ ਤੋਂ ਵੱਧ ਸਮਾਂ 3 ਮਹੀਨੇ ਉੱਪਰ ਦੀ ਹੋ ਗਏ, 2.25 ਸਾਲ ਚੁੱਪ। ਹੁਣ ਜਦੋਂ ਤੁਸੀਂ ਛੱਡ ਕੇ ਗਏ ਹੋ, ਹੁਣ ਤੁਸੀਂ ਸਾਰਾ ਕੁਛ ਕਹਿਤਾ। ਅਤੇ ਜਦੋਂ ਇਹ ਪੜਤਾਲ ਹੋਈ ਸੀ ਉਦੋਂ ਕਿਸੇ ਏਜੰਸੀ ਨੇ ਚੰਨੀ ਸਾਹਿਬ ਨੂੰ ਬੁਲਾਇਆ ਤਾਂ ਹੈ ਨਹੀਂ। ਉਦੋਂ ਬਾਅਦ ਵੀ ਪ੍ਰਧਾਨ ਮੰਤਰੀ ਆ ਗਏ, ਚੋਣਾਂ ਦੇ ਵਿੱਚ ਵੀ ਆਏ, 3 ਥਾਵਾਂ 'ਤੇ ਆਏ ਸੀ ਪ੍ਰਧਾਨ ਮੰਤਰੀ, ਵੋਰ 'ਚ ਆਏ, ਪ੍ਰਧਾਨ ਮੰਤਰੀ ਜਲੰਧਰ 'ਚ ਆਏ, ਪਠਾਨਕੋਟ 'ਚ ਆਏ। ਅਤੇ ਉਦੋਂ ਬਾਅਦ ਕਿਹੜਾ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਰੋਕਿਆ ਸੀ? ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਥੋੜ੍ਹੀ ਆ, ਪ੍ਰਧਾਨ ਮੰਤਰੀ ਤਾਂ ਦੇਸ਼ ਦੇ ਨੇ। ਤੁਸੀਂ ਆਪ ਮੈਂਬਰ ਪਾਰਲੀਮੈਂਟ ਸੀ, ਆਪਣੇ ਲੁਧਿਆਣੇ ਲੈ ਆਉਂਦੇ। ਲੁਧਿਆਣੇ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਨੇ, ਉਹ ਕਵਰ ਕਰਾ ਦਿੰਦੇ। ਸੋ ਅੱਜ ਜਦੋਂ ਤੁਸੀਂ ਪਾਰਟੀ ਛੱਡ ਗਏ ਹੋ, ਉਦੋਂ ਤੁਸੀਂ ਕਹਿੰਦੇ ਹੋ ਚੰਨੀ ਸਾਹਿਬ 'ਤੇ ਇਲਜ਼ਾਮ ਲਾਤੇ। ਸ਼੍ਰੀਮਾਨ ਜੀ, 3 ਵਾਰ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਸੇ ਪਾਰਟੀ ਨੇ, ਮੈਂ ਕੋਈ ਉਹਨਾਂ ਦੀ ਤਰਫਦਾਰੀ ਨਹੀਂ ਕਰਦਾ। ਅਤੇ ਤੁਹਾਡੇ ਭਰਾ ਨੂੰ ਮੰਤਰੀ ਬਣਾਇਆ, ਸਰਬਿਆਨ ਸਿੰਘ ਦੀ ਮੌਤ ਤੋਂ ਬਾਅਦ ਸਰਦਾਰ ਤੇਜ ਪ੍ਰਕਾਸ਼ ਸਿੰਘ ਕੋਟਲੀ ਉਹ ਵੀ ਮੰਤਰੀ ਬਣਾਏ। ਤੁਹਾਡੇ ਦਾਦੀ ਜੀ ਨੂੰ ਰੁਤਬਾ ਦਿੱਤਾ, ਤੁਹਾਡੀ ਕੋਠੀ ਰੱਖੀ, ਕੈਬਨਿਟ ਰੈਂਕ ਦਾ ਰੁਤਬਾ ਦਿੱਤਾ, ਅਤੇ ਭੂਆ ਜੀ ਨੂੰ ਵੀ। ਅੱਜ ਤੁਸੀਂ ਉਸ ਵੇਲੇ ਕਹਿੰਦੇ ਹੋ ਜਦੋਂ ਤੁਸੀਂ ਪਾਰਟੀ ਛੱਡ ਗਏ, ਤੁਹਾਡੀ ਜ਼ਿੰਮੇਵਾਰੀ ਕੀ ਸੀ? ਸੋ ਜਦੋਂ ਤੁਸੀਂ ਛੱਡ ਜਾਂਦੇ ਹੋ, ਮੇਰਾ ਖਿਆਲ ਹੈ ਕਿ ਜਿਹੜੇ ਇਸ ਤਰ੍ਹਾਂ ਦਾ ਮਿਹਨੋ ਮਿਹਨੀ ਹੁੰਦੇ ਆ ਨਾ, ਇਹਦੀ ਥਾਂ 'ਤੇ ਜੇ ਕੰਮ ਕਰਨ, ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਲੋਕਾਂ ਦੇ ਵਿੱਚ, ਦੱਸੋ ਕਿ 3 ਵਾਰ ਮੈਂਬਰ ਪਾਰਲੀਮੈਂਟ ਬਣ ਕੇ ਤੁਸੀਂ ਆਪਣੀ ਕਿਹੜੀ ਕਿਹੜੀ ਜ਼ਿੰਮੇਵਾਰੀ ਨਿਭਾਈ ਹੈ? ਲੁਧਿਆਣੇ ਦੇ ਵਿਕਾਸ ਦੇ ਵਿੱਚ ਕਿਹੜਾ ਕਿਹੜੀ ਭੂਮਿਕਾ ਨਿਭਾਈ ਹੈ? ਅਨੰਦਪੁਰ ਸਾਹਿਬ ਤੁਸੀਂ ਕੀ ਭੂਮਿਕਾ ਨਿਭਾ ਕੇ ਆਏ? ਅਤੇ ਅਨੰਦਪੁਰ ਸਾਹਿਬ ਤੋਂ ਭੱਜੇ ਕਿਉਂ? ਲੁਧਿਆਣੇ 'ਚ ਆਏ ਅਤੇ ਹੁਣ ਤੁਸੀਂ ਸੰਗਰੂਰ ਜਾਣ ਨੂੰ ਫਿਰਦੇ ਸੀ, ਚਰਚਾ ਹੀ ਸੀ। ਜੇ ਤਾਂ ਮੈਨੂੰ ਸਾਰਾ ਕੁਛ ਹੈ ਤਾਂ ਪਾਰਟੀ ਦੀ ਬੱਲੇ ਬੱਲੇ, ਨਹੀਂ ਤੂੰ ਕੌਣ ਅਤੇ ਮੈਂ ਕੌਣ? ਜੀ, ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।